ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਨਵਤੇਜ ਟੀਵੀ ਅਤੇ ਮੈਂ ਤੁਹਾਡੇ ਨਾਲ ਸੁਖਚੈਨ। ਇਸ ਟਾਈਮ ਆਪਾਂ ਗੱਲ ਕਰਾਂਗੇ ਮਹਾਰਾਣੀ ਪ੍ਰਨੀਤ ਕੌਰ ਨਾਲ ਅਤੇ ਜਾਣਾਂਗੇ ਉਹਨਾਂ ਨੂੰ ਮੁੱਦਿਆਂ ਬਾਰੇ। ਮਹਾਰਾਣੀ ਸਾਹਿਬ ਕਿਹੜੇ ਮੁੱਦਿਆਂ ਨੂੰ ਲੈ ਕੇ ਚੋਣ ਲੜੀ ਹੈਗੀ? ਦੇਖੋ, ਲੋਕਲ ਮੁੱਦੇ ਹੁੰਦੇ ਨੇ ਔਰ ਜਿਹੜੀ ਪਾਰਲੀਮੈਂਟ ਦੀ ਚੋਣ ਹੈ ਉਹ ਨੀਤੀਆਂ 'ਤੇ ਲੜੀ ਜਾਂਦੀ ਹੈ ਕਿ ਕਿਹੜਾ ਮੈਨੀਫੈਸਟੋ ਪਾਰਟੀ ਦਾ ਕੀ ਹੈ। ਸਾਡੇ ਪਾਰਟੀ ਦਾ ਮੈਨੀਫੈਸਟੋ ਨਿਆਏ ਦਾ, ਕਿਸਾਨਾਂ ਨੂੰ ਵੱਖਰਾ ਇੱਕ ਬਜਟ ਦੇਣ ਲਈ ਔਰ ਬੱਚਿਆਂ ਦੀ ਪੜ੍ਹਾਈ ਲਈ ਇੰਟਰਸਟ ਫਰੀ ਲੋਨ, ਇਹਨਾਂ ਦੇ ਉੱਤੇ ਮੈਂ ਲੜਾਈ ਲੜ ਰਹੀ ਹਾਂ। ਇੱਕ ਧਰਮਵੀਰ ਗਾਂਧੀ ਵੱਲੋਂ ਕਿਹਾ ਗਿਆ ਜੀ ਵੀ ਮੈਂ ਪਟਿਆਲੇ 'ਚ ਪਾਸਪੋਰਟ ਦਫ਼ਤਰ ਲੈ ਕੇ ਆਇਆ ਅਤੇ ਰੇਲਵੇ ਲਾਈਨ ਲੈ ਕੇ ਆਇਆ, ਇਹਦੇ ਬਾਰੇ ਤੁਹਾਡੇ ਕੀ ਕਹਿਣਾ? ਬੜੀ ਲੰਬੀ ਚੌੜੀ ਐਕਸਪਲੇਨੇਸ਼ਨ ਹੈ। ਜਿਹੜੀ ਰੇਲਵੇ ਲਾਈਨ ਆਈ ਹੈ ਡਬਲ ਔਰ ਇਲੈਕਟ੍ਰੀਫਿਕੇਸ਼ਨ ਹੋਈ ਹੈ ਰਾਜਪੁਰੇ ਤੋਂ ਮਲੇਰਕੋਟਲੇ ਤੱਕ, ਉਹ ਪਵਨ ਬੰਸਲ ਜੀ ਜਦ ਮਿਨਿਸਟਰ ਸੀ ਉਦੋਂ ਹੋਈ ਹੈ, ਉਦੋਂ ਪਾਸ ਹੋਇਆ, ਉਦੋਂ ਹੋਇਆ। ਉਦੋਂ ਧਰਮਵੀਰ ਗਾਂਧੀ ਬਿਲਕੁਲ MP ਨਹੀਂ ਸੀ। ਔਰ ਜਿੱਥੇ ਪਾਸਪੋਰਟ ਸੇਵਾ ਕੇਂਦਰ ਹੈ ਪਟਿਆਲੇ ਦਾ, ਇਹ 2012 ਦੇ ਵਿੱਚ ਇਹਦਾ ਜੂਨ ਦੇ ਮਹੀਨੇ ਦੇ ਵਿੱਚ ਫੈਸਲਾ ਹੋਇਆ ਸੀ। ਜਦ ਮੈਂ ਮੰਤਰੀ ਸੀ, ਸਾਡੇ ਸੀਨੀਅਰ ਮੰਤਰੀ ਨੇ ਇਹ ਫੈਸਲਾ ਲਿੱਤਾ, ਮੈਂ ਵਿੱਚ ਬੈਠੀ ਸੀ, ਕਿ 70 ਦਫ਼ਤਰ ਖੁੱਲ੍ਹਣੇ ਨੇ ਪੂਰੇ ਹਿੰਦੁਸਤਾਨ ਦੇ ਵਿੱਚ। ਮੈਂ ਪਟਿਆਲੇ ਦਾ ਨਾਂ ਪਵਾਇਆ, ਪਰ ਪਹਿਲੇ ਮੇਨ ਦਫ਼ਤਰ ਖੁੱਲ੍ਹੇ ਔਰ ਇਹ ਵੀ ਟਾਈਮ ਲਾਈਨ ਸੀ ਕਿ 5 ਸਾਲਾਂ ਦੇ ਬਾਅਦ ਖੁੱਲੂਗਾ ਔਰ ਐਗਜੈਕਟਲੀ 2017 ਦੇ ਵਿੱਚ 5 ਸਾਲਾਂ ਦੇ ਬਾਅਦ ਇਹ ਸੇਵਾ ਕੇਂਦਰ ਖੁੱਲ੍ਹਿਆ। ਇੱਕ ਜੇ ਆਪਾਂ ਨਸ਼ੇ ਦੀ ਗੱਲ ਕਰੀਏ ਜੀ, ਪੰਜਾਬ ਦਾ ਜਿਹੜਾ ਨੌਜਵਾਨ ਹੈ ਉਹ ਨਸ਼ੇ ਨਾਲ ਖਤਮ ਹੋ ਰਿਹਾ ਜੀ। ਕੈਪਟਨ ਸਾਹਿਬ ਨੇ ਵਾਅਦਾ ਕੀਤਾ ਸੀ ਵੀ ਘਰ ਜਿਹੜਾ ਨਸ਼ਾ ਖਤਮ ਕੀਤਾ ਜਾਊਗਾ, ਕੁਛ ਪਰਸੈਂਟ ਨਸ਼ਾ ਖਤਮ ਹੋ ਗਿਆ ਅਤੇ ਕੁਛ ਰਹਿ ਗਿਆ, ਇਹਦੇ ਬਾਰੇ ਕੀ ਕਹੋ ਜੀ? ਦੇਖੋ, ਕੈਪਟਨ ਸਾਹਿਬ ਨੇ ਵਾਅਦਾ ਕੀਤਾ ਸੀ ਕਿ ਨਸ਼ੇ ਦਾ ਲੱਕ ਤੋੜ ਦੇਣਗੇ। ਜਿੱਥੇ ਤੱਕ ਗਵਰਨਮੈਂਟ ਦੀ ਗੱਲ ਹੈ, ਸਪਲਾਈ ਦੀ ਗੱਲ ਹੈ, ਹੋਰ ਗੱਲਾਂ ਦੀ ਹੈ, ਇੰਨੀ ਸਖਤੀ ਕੀਤੀ ਸੀ ਅਤੇ ਉਹ ਤਾਂ ਲੱਕ ਟੁੱਟ ਗਿਆ। ਪਰ ਨਸ਼ਾ ਕਿੱਥੋਂ ਆਉਂਦਾ, ਕਿੱਥੋਂ ਆਉਂਦਾ, ਇਹਦਾ ਥੋੜ੍ਹਾ ਟਾਈਮ ਲੱਗਦਾ। ਅਸੀਂ ਪੂਰਾ ਕੋਈ ਢਿੱਲ ਨਹੀਂ ਛੱਡੀ ਪੰਜਾਬ ਗਵਰਨਮੈਂਟ ਵੱਲੋਂ ਇਸ ਪ੍ਰੋਬਲਮ ਨੂੰ ਠੀਕ ਕਰਨ ਦੇ ਲਈ। ਇੱਕ ਸਰਜੀਕਲ ਸਟ੍ਰਾਈਕ 'ਤੇ ਜੀ ਮਤਲਬ ਕਿ ਟਿੱਪਣੀ ਕੀਤੀ ਜਾਂਦੀ ਹੈ, ਉਹਦੇ ਬਾਰੇ ਤੁਸੀਂ ਤੁਹਾਡਾ ਕੀ ਕਹਿਣਾ ਜੀ? ਦੇਖੋ, ਇਸ ਦੇ ਉੱਤੇ ਮੈਂ ਕੁਛ ਨਹੀਂ ਕਹਿਣਾ ਚਾਹੁੰਦੀ। ਸਾਡੀ ਦੇਸ਼ ਦੀ ਏਕਤਾ, ਅਖੰਡਤਾ ਔਰ ਸੁਰੱਖਿਆ ਦੇ ਪਿੱਛੇ ਇੱਕ ਇੱਕ ਵਿਅਕਤੀ ਖੜ੍ਹਾ ਹੈ। ਇਸ ਨੂੰ ਪੋਲੀਟੀਸਾਈਜ਼ ਨਹੀਂ ਕਰਨਾ ਚਾਹੁੰਦੇ, ਨਹੀਂ ਕਰਨਾ ਚਾਹੀਦਾ ਔਰ ਮੈਂ ਨਹੀਂ ਕਰਦੀ। ਇੱਕ ਨਾਭਾ ਹਲਕੇ ਵਿੱਚ ਜੀ ਜਿਹੜੇ ਟਕਸਾਲੀ ਆਗੂ ਨੇ ਉਹ ਕਾਫੀ ਦੋ ਫੜ ਹੋਏ ਜੀ, ਉਹਦਾ ਕੀ? ਦੇਖੋ, ਜਿਹੜੇ ਨਾਭਾ ਹਲਕੇ ਦੇ ਨੇ, ਜੋ ਤਾਂ ਕਾਂਗਰਸੀ ਨੇ, ਉਹ ਤਾਂ ਸਾਡੇ ਨਾਲ ਨੇ, ਕਾਂਗਰਸ ਹੀ ਨੂੰ ਵੋਟ ਪਾਉਣਗੇ। ਜੇ ਜੋ ਕਾਂਗਰਸ ਦੇ ਨਾਲ ਨਹੀਂ ਆ, ਉਹਨਾਂ ਦੇ ਉੱਤੇ ਮੈਂ ਟਿੱਪਣੀ ਨਹੀਂ ਕਰਨਾ ਚਾਹੁੰਦੀ, ਜੋ ਮਰਜ਼ੀ ਕਰਨ। ਨਵਤੇਜ ਟੀਵੀ ਕੋ ਦੇਖਣੇ ਕੇ ਲੀਏ ਚੈਨਲ ਕੋ ਸਬਸਕ੍ਰਾਈਬ ਕਰੇਂ ਔਰ ਨੋਟੀਫਿਕੇਸ਼ਨ ਪਾਣੇ ਕੇ ਲੀਏ ਬੈਲ ਆਈਕਨ ਜ਼ਰੂਰ ਦਬਾਏ।